ਇੱਕ ਦੂਜੀ ਭੋ ਲਖ ਹੋਏ ਲਖ ਹੋਵੇ ਲਖਵੀਸ ਲਖ ਲਖ ਗੇੜਾ ਆਖੀਏ ਏਕ ਨਾਮ ਜਗਦੀਸ਼ ਏਤਰਾ ਪਤ ਪੌੜੀਆਂ ਚੜੀਏ ਹੋਏ ਇਕੀਸ ਸੁਣ ਗਲਾਂ ਆਕਾਸ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਜਪਜੀ ਸਾਹਿਬ ਦੇ ਇਸ ਪਾਵਨ ਪਵਿੱਤਰ ਪੌੜੀ ਵਿੱਚ ਜਗਤ ਗੁਰੂ ਬਾਬੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਦੇ ਦਰ ਤੱਕ ਪਹੁੰਚਣ ਦਾ ਜੋ ਮਾਰਗ ਦੱਸਿਆ ਹੈ ਉਹਦੇ ਬਾਰੇ ਇਹ ਜਾਣਕਾਰੀ ਦਿੱਤੀ ਹੈ, ਉਹ ਚੜ੍ਹਾਈ ਦਾ ਮਾਰਗ ਹੈ, ਉਹ ਘਾਟੀ ਹੈ, ਉਹ ਸਮਤਲ ਨਹੀਂ ਹੈ, ਉਹ ਮੈਦਾਨੀ ਇਲਾਕਾ ਨਹੀਂ ਹੈ। ਦੇਸ਼ ਭਰ ਦੇ ਸੰਤ ਜਨਾਂ ਨੇ ਜਦ ਉਸ ਮਾਰਗ ਦਾ ਜ਼ਿਕਰ ਕੀਤਾ ਹੈ ਤਾਂ ਮਾਰਗ ਦੀ ਬਿਖਮਤਾ ਉਹਨਾਂ ਨੇ ਦੱਸੀ ਹੈ, ਔਰ ਇਹ ਵੀ ਦੱਸਿਆ ਹੈ ਕਿ ਹਰ ਬੰਦੇ ਦੇ ਇਹ ਵੱਸ ਦੀ ਗੱਲ ਨਹੀਂ ਕਿ ਇਹਨਾਂ ਚੜ੍ਹਾਈਆਂ ਦੇ ਉੱਤੇ ਉਹ ਚੜ੍ਹ ਸਕੇ। ਇਹ ਠੀਕ ਹੈ ਕਿ ਸਰੀਰ ਚਾਹੇ ਜਿਸ ਢੰਗ ਦਾ ਹੋਵੇ, ਮਨੁੱਖ ਸਹਿਜੇ ਸਹਿਜੇ ਪਹਾੜਾਂ ਦੀ ਬੁਲੰਦੀ ਤੇ ਚੜ੍ਹ ਜਾਂਦਾ ਹੈ, ਜਾਂ ਉੱਥੇ ਤੱਕ ਚੜ੍ਹਨ ਦੇ ਕੋਈ ਸਾਧਨ ਹੋਰ ਵੀ ਉਪਲਬਧ ਹੋ ਸਕਦੇ ਨੇ। ਬੰਦਾ ਘੋੜੇ ਤੇ ਬੈਠ ਕੇ ਜਾ ਸਕਦਾ ਹੈ, ਪਿੱਠੂ ਤੇ ਬੈਠ ਕੇ ਪਹਾੜਾਂ ਦੀ ਸ਼ਿਖਰ ਤੱਕ ਪਹੁੰਚ ਸਕਦਾ ਹੈ, ਪਰ ਇਹ ਪਰਮਾਤਮਾ ਦਾ ਜੋ ਦਰ ਹੈ ਜਿੱਥੇ ਤੱਕ ਪਹੁੰਚਣਾ ਹੈ, ਮਨੁੱਖ ਦੀ ਸੁਰਤ ਨੇ, ਮਨੁੱਖ ਦੇ ਧਿਆਨ ਨੇ, ਉਹ ਤੇ ਸਵੈਮ ਹੀ ਤੋਰਨਾ ਪਏਗਾ, ਹੋਰ ਕੋਈ ਸਾਧਨ ਉਪਲਬਧ ਵੀ ਨਹੀਂ ਹੋ ਸਕਦਾ। ਇਸ ਮਾਰਗ ਦੇ ਉੱਤੇ ਸੁਰਤ ਨੂੰ ਸਵੈਮ ਤੋਰਨਾ ਪਏਗਾ, ਫਿਰ ਇਸ ਮਾਰਗ ਦੇ ਉੱਤੇ ਭੀੜ ਵੀ ਨਹੀਂ ਮਿਲੇਗੀ। ਅਕਸਰ ਮਨੁੱਖ ਨੂੰ ਢਾਰਸ ਮਿਲ ਜਾਂਦੀ ਹੈ ਜਦ ਅੱਗੇ 10-20 ਬੰਦੇ ਜਾ ਰਹੇ ਹੋਣ ਤੇ 10-20 ਪਿੱਛੋਂ ਆ ਰਹੇ ਹੋਣ ਤੇ ਬੰਦੇ ਦੀ ਢਾਰਸ ਵੱਜ ਜਾਂਦੀ ਹੈ ਕਿ ਮੇਰੇ ਅੱਗੇ ਵੀ ਕੋਈ ਜਾ ਰਿਹਾ ਹੈ, ਮੇਰੇ ਪਿੱਛੇ ਵੀ ਕੋਈ ਆ ਰਿਹਾ ਹੈ। ਪਰ ਇਹ ਮਾਰਗ ਐਸਾ ਹੈ, ਸਨਾਟਾ ਹੈ, ਇੱਥੇ ਅੱਗੇ ਜਾਂਦੇ ਹੋਏ ਨਹੀਂ ਮਿਲਣਗੇ, ਔਰ ਇੱਥੇ ਪਿੱਛੇ ਵੀ ਨਕਸ਼ੇ ਕਦਮ ਤੇ ਚੱਲਦੇ ਹੋਏ ਨਹੀਂ ਮਿਲਣਗੇ। ਇਸ ਵਾਸਤੇ ਮਾਯੂਸੀ ਘੇਰਦੀ ਹੈ, ਉਪਰਾਮਤਾ ਘੇਰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਉਪਰਾਮਤਾ ਦਾ ਜ਼ਿਕਰ ਕੀਤਾ ਹੈ, ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ਼ ਦੇਸੰਤਰ ਮੈਂ ਸਗਲੇ ਚਾਗੇ। ਬਹੁਤ ਖੋਜ ਕੀਤੀ ਹੈ, ਬਹੁਤ ਖੋਜ ਕੀਤੀ ਹੈ, ਹੁਣ ਨਿਰਾਸ਼ਾ ਨੇ ਘੇਰ ਲਿਆ, ਉਪਰਾਮਤਾ ਨੇ ਘੇਰ ਲਿਆ। ਦੂਸਰਾ, ਇੱਥੇ ਸਮਾਂ ਨਿਸ਼ਚਿਤ ਵੀ ਨਹੀਂ ਕਿ ਕਿੰਨੇ ਦਿਨ ਚੱਲਣਾ ਪਏਗਾ ਔਰ ਕਿੰਨਾ ਕੁ ਚੱਲਣਾ ਪਏਗਾ, ਨਿਸ਼ਚਿਤ ਨਹੀਂ ਹੈ। ਸਮਾਂ ਨਿਰਧਾਰਿਤ ਨਹੀਂ ਬਈ ਚਲੋ ਤੇ ਇਤਨੇ ਸਮੇਂ ਤੋਂ ਬਾਅਦ ਉਸ ਮੰਜ਼ਲੇ ਮਕਸੂਦ ਤੇ ਪਹੁੰਚ ਜਾਓਗੇ। ਮਾਰਗ ਦੀ ਇਸ ਬਿਖਮਤਾ ਦਾ ਜ਼ਿਕਰ ਭਗਤ ਸਿਰਮੌਰ ਸ੍ਰੀ ਕਬੀਰ ਜੀ ਮਹਾਰਾਜ ਨੇ ਇਹਨਾਂ ਸ਼ਬਦਾਂ ਵਿੱਚ ਕੀਤਾ ਹੈ ਕਿ ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਤਿਹ ਚੜ ਰਹੋ ਕਬੀਰ। ਚਤੁਰ ਚਲਾਕ ਬੰਦੇ, ਸਿਆਣੇ ਬੰਦੇ ਜੋ ਉਗਤੀਆਂ ਤੇ ਯੁਗਤੀਆਂ ਦੇ ਮਾਲਕ ਨੇ, ਪ੍ਰਮਾਣਾਂ ਨਾਲ ਸਿੱਧ ਕਰਦੇ ਨੇ ਤੇ ਦੂਜੇ ਨੂੰ ਪ੍ਰਭਾਵਿਤ ਕਰ ਲੈਂਦੇ ਨੇ ਵੀ ਜਪ ਅਸੀਂ ਕਰਾਂਗੇ ਫਲ ਤੁਹਾਡੀ ਝੋਲੀ ਚ ਪਏਗਾ, ਮਾਲਾ ਅਸੀਂ ਫੇਰਾਂਗੇ ਬੈਕੁੰਠ ਤੁਹਾਨੂੰ ਮਿਲੇਗਾ, ਭੋਜਨ ਅਸੀਂ ਛਕਾਂਗੇ ਪਹੁੰਚੇਗਾ ਤੁਹਾਡੇ ਪਿੱਤਰਾਂ ਨੂੰ। ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਬੰਦਿਆਂ ਦੇ ਪਿੱਛੇ ਭੀੜ ਹੀ ਭੀੜ ਚੱਲ ਪਈ ਹੈ, ਬਹੁਤ ਭੀੜ, ਲੇਕਿਨ ਇੱਕ ਔਘਟ ਘਾਟੀ ਰਾਮ ਕੀ ਤਿਹ ਚੜ ਰਹੋ ਕਬੀਰ, ਇੱਕ ਬਿਖੜੀ ਘਾਟੀ ਤੇ ਮੈਂ ਇਕੱਲਾ ਹੀ ਜਾ ਰਿਹਾ, ਨਾ ਮੇਰੇ ਪਿੱਛੇ ਕੋਈ ਹੈ ਨਾ ਮੇਰੇ ਅੱਗੇ ਕੋਈ ਹੈ। ਇੱਥੇ ਆ ਕੇ ਉਰਦੂ ਦੇ ਪ੍ਰਸਿੱਧ ਮਹਾਨ ਦਾਰਸ਼ਨਿਕ ਸ਼ਾਇਰ ਨੇ ਬੜਾ ਸੁੰਦਰ ਫਰਮਾਨ ਕੀਤਾ ਹੈ, ਕਾਫਿਲੇ ਯਾ ਬੜ ਗਏ ਯਾ ਮਿਟ ਗਏ ਰਾਸਤੇ ਸੁਨਸਾਂ ਨਜ਼ਰ ਆਤੇ ਹੈ।
ਜਿਹੜੇ ਕਾਫਲੇ ਮੰਜ਼ਲੇ ਮਕਸੂਦ ਦੀ ਤਰਫ ਚਲੇ ਸਨ, ਕੁਛ ਪਹੁੰਚ ਗਏ, ਕੁਝ ਰਸਤੇ ਚ ਹੀ ਮਲੀਆ ਮੇਟ ਹੋ ਗਏ, ਹੁਣ ਰਸਤੇ ਉਜੜੇ ਪਏ। ਔਰ ਵਾਕਈ ਤੁਹਾਨੂੰ ਧਰਮ ਦੇ ਮਾਰਗ ਦੇ ਉੱਤੇ ਭੀੜ ਨਹੀਂ ਮਿਲੇਗੀ। ਇਹ ਗੱਲ ਵੱਖਰੀ ਹੈ ਕਿ ਧਰਮ ਮੰਦਰਾਂ ਦੇ ਵਿੱਚ ਤੁਹਾਨੂੰ ਭੀੜ ਜ਼ਰੂਰ ਮਿਲੇਗੀ, ਧਾਰਮਿਕ ਅਸਥਾਨਾਂ ਦੇ ਉੱਤੇ ਤੁਹਾਨੂੰ ਭੀੜ ਜ਼ਰੂਰ ਮਿਲੇਗੀ, ਤੀਰਥ ਅਸਥਾਨਾਂ ਤੇ ਭੀੜ ਮਿਲੇਗੀ। ਪਰ ਕਿਸੇ ਦਾ ਜੀਵਨ ਤੀਰਥ ਬਣ ਗਿਆ ਹੋਵੇ, ਕਿਸੇ ਦਾ ਜੀਵਨ ਹੀ ਭਗਵਾਨ ਦਾ ਮੰਦਿਰ ਬਣ ਗਿਆ ਹੋਵੇ, ਇਸ ਤਰ੍ਹਾਂ ਦੀ ਜ਼ਿੰਦਗੀ ਤੁਹਾਨੂੰ ਬਹੁਤ ਘੱਟ ਮਿਲੇਗੀ, ਬਹੁਤ ਘੱਟ ਮਿਲੇਗੀ। ਜੀਵਨ ਜਿਤਨੇ ਚਿਰ ਤੱਕ ਮੰਦਿਰ ਨਹੀਂ ਬਣਿਆ, ਇਤਨੇ ਚਿਰ ਤੱਕ ਮਨੁੱਖ ਦੇ ਧਾਰਮਿਕ ਹੋਣ ਦੇ ਉੱਤੇ ਸ਼ੱਕ ਕੀਤਾ ਜਾ ਸਕਦਾ ਹੈ। ਭਗਤ ਪੀਪਾ ਜੀ ਕਹਿ ਰਹੇ ਨੇ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ। ਮੇਰੀ ਕਾਇਆ ਹੀ ਦੇਵਲ ਬਣ ਗਈ ਹੈ, ਮੰਦਿਰ ਬਣ ਗਈ ਹੈ। ਕਿਉਂ? ਕਾਇਆ ਦੇ ਵਿੱਚ ਦੇਵਤਾ ਪ੍ਰਗਟ ਹੋ ਗਏ, ਪ੍ਰਭੂ ਪ੍ਰਗਟ ਹੋ ਗਏ, ਤੇ ਪ੍ਰਭੂ ਦੇ ਪ੍ਰਗਟ ਹੁੰਦਿਆਂ ਕਾਇਆ ਕਾਇਆ ਨਹੀਂ ਰਹੀ, ਹਰੀ ਮੰਦਿਰ ਬਣ ਗਈ ਹੈ। ਮਹਾਰਾਜ ਫਰਮਾਨ ਕਰਦੇ ਨੇ, ਹਰਿਮੰਦਰ ਇਹੋ ਸਰੀਰ ਹੈ ਜਿਸ ਵਿੱਚ ਸੱਚੇ ਕਾ ਵਾਸਾ, ਸੱਚ ਨੂੰ ਪ੍ਰਗਟ ਕੋਈ ਕਰ ਲਵੇ, ਕਾਇਆ ਹਰਿਮੰਦਰ ਹੈ ਤੇ ਸੱਚ ਨੂੰ ਜਿਤਨੇ ਚਿਰ ਤੱਕ ਪ੍ਰਗਟ ਨਹੀਂ ਕੀਤਾ, ਇਹ ਕਾਇਆ ਮਲਮੂਤਰ ਦਾ ਥੇਲਾ ਹੈ, ਇਹ ਗੰਦਗੀ ਦਾ ਢੇਰ ਹੈ, ਇਹ ਨਾਪਾਕ ਹੈ। ਸਾਹਿਬਾਂ ਦਾ ਫਰਮਾਨ ਹੈ, ਏਕ ਵਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਜੇ ਉਸ ਇੱਕ ਨੂੰ ਤੂੰ ਜਾਣ ਲਵੇਂ ਤੇ ਪ੍ਰਗਟ ਕਰ ਲਵੇਂ, ਕਾਇਆ ਹਰਿਮੰਦਰ ਕਾਇਆ ਦੇਵਲ। ਪਰ ਜੇ ਤੂੰ ਉਸ ਇੱਕ ਨੂੰ ਪ੍ਰਗਟ ਨਹੀਂ ਕੀਤਾ ਔਰ ਇੱਕ ਨੂੰ ਜਾਣਿਆ ਨਹੀਂ, ਤਾਂ ਇਹ ਕਾਇਆ ਵਿਅਰਥ ਹੈ, ਇਹ ਕਾਇਆ ਗੰਦਗੀ ਦੀ ਢੇਰ ਹੈ, ਇਹ ਕਾਇਆ ਤੇ ਫਿਰ ਕੇਵਲ ਮਿੱਟੀ ਹੈ। ਤੋ ਪ੍ਰਭੂ ਦੇ ਦਰ ਦੀਆਂ ਜਿਹੜੀਆਂ ਪੌੜੀਆਂ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਾਵਨ ਪੌੜੀ ਚ ਉਹਨਾਂ ਦਾ ਜ਼ਿਕਰ ਕੀਤਾ ਹੈ। ਤੇ ਕਬੀਰ ਕਹਿੰਦੇ ਨੇ, ਮੈਂ ਚੱਲਦਿਆਂ ਚੱਲਦਿਆਂ ਥੱਕਿਆ। ਵਾਕਈ ਮਨੁੱਖ ਥੱਕਦਾ ਹੈ, ਕਿਉਂਕਿ ਚੜਾਈ ਹੈ। ਔਰ ਇਸ ਦਾ ਜ਼ਿਕਰ ਭਗਤ ਸਿਰਮੌਰ ਸ਼੍ਰੀ ਰਵਿਦਾਸ ਜੀ ਮਹਾਰਾਜ ਨੇ ਵੀ ਕੀਤਾ ਹੈ, ਘਟ ਔ ਘਟ ਡੂੰਗਰ ਘਣਾ ਇੱਕ ਨਿਰਗੁਲ ਮੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਏ ਮੁਰਾਰ, ਏ ਪਰਿਪੂਰਨ ਪ੍ਰਮਾਤਮਾ, ਬਖਸ਼ਿਸ਼ ਕਰ, ਘਾਟੀ ਤੇ ਚੱਲਦਿਆਂ ਚੱਲਦਿਆਂ ਮੇਰਾ ਮਨ ਰੂਪੀ ਬੈਲ ਥੱਕ ਗਿਆ। ਹੁਣ ਇਸ ਮਨ ਦੇ ਉੱਤੇ ਜੋ ਮੈਂ ਧਿਆਨ ਅਸਵਾਰ ਕੀਤਾ ਹੈ, ਸੁਰਤ ਅਸਵਾਰ ਕੀਤੀ ਹੈ, ਅਗਾਂਹ ਚੱਲਣਾ ਬਹੁਤ ਔਖਾ ਹੈ, ਤੂੰ ਰਹਿਮਤ ਕਰ, ਤੂੰ ਬਖਸ਼ਿਸ਼ ਕਰ। ਤੋ ਇੱਥੇ ਧਿਆਨ ਨੂੰ ਉਰਧਗਮਨ ਕਰਨਾ ਹੈ, ਸੁਰਤ ਨੂੰ ਉੱਪਰ ਚਾੜਨਾ ਹੈ। ਜ਼ਮੀਨ ਦਾ ਇੱਕ ਸੁਭਾਅ ਹੈ ਕਿ ਹਰ ਚੀਜ਼ ਨੂੰ ਆਪਣੀ ਤਰਫ ਖਿੱਚਦੀ ਹੈ। ਇਹ ਠੀਕ ਹੈ ਕਿ ਜ਼ਮੀਨ ਆਪਣੀ ਤਰਫ ਹਰ ਚੀਜ਼ ਨੂੰ ਖਿੱਚਦੀ ਏ, ਇਹ ਬੋਧ ਜਗਤ ਨੂੰ ਸਭ ਤੋਂ ਪਹਿਲੇ ਨਿਊਟਨ ਨੇ ਦਿੱਤਾ। ਲੇਕਿਨ ਜ਼ਮੀਨ ਤੇ ਉਦੋਂ ਤੋਂ ਹਰ ਚੀਜ਼ ਨੂੰ ਖਿੱਚ ਰਹੀ ਏ ਜਦੋਂ ਤੋਂ ਇਹ ਹੈ। ਇਹ ਗੱਲ ਵੱਖਰੀ ਹੈ ਕਿ ਸੂਝ ਸਮਝ ਮਨੁੱਖ ਨੂੰ ਬਾਅਦ ਵਿੱਚ ਆਈ। ਜ਼ਮੀਨ ਸਿਰਫ ਅਸਥੂਲ ਵਸਤੂ ਨੂੰ ਹੀ ਆਪਣੀ ਤਰਫ ਨਹੀਂ ਖਿੱਚਦੀ, ਸੂਖਸ਼ਮ ਨੂੰ ਵੀ ਖਿੱਚਦੀ ਏ, ਅਤਿ ਸੂਖਸ਼ਮ ਨੂੰ ਵੀ ਖਿੱਚਦੀ ਏ, ਮਨੁੱਖ ਦੀ ਸੁਰਤ ਨੂੰ ਵੀ ਆਪਣੀ ਤਰਫ ਖਿੱਚਦੀ ਹੈ, ਮਨੁੱਖ ਦੇ ਧਿਆਨ ਨੂੰ ਵੀ ਆਪਣੀ ਤਰਫ ਖਿੱਚਦੀ ਹੈ। ਮਨੁੱਖ ਆਪਣੀ ਸੁਰਤ ਨੂੰ ਸ਼ਬਦ ਦੇ ਆਸਰੇ ਤੇ ਉੱਚਾ ਲੈ ਜਾਣਾ ਚਾਹੇ, ਜ਼ਮੀਨ ਉਸਦੇ ਧਿਆਨ ਨੂੰ ਵੀ ਆਪਣੀ ਤਰਫ ਖਿੱਚਦੀ ਹੈ। ਜੈਸੇ ਪ੍ਰੈਸ਼ਰ ਦਾ ਮਾਰਿਆ ਹੋਇਆ, ਦਬਾਓ ਦਾ ਮਾਰਿਆ ਹੋਇਆ ਫੁਆਰੇ ਦਾ ਪਾਣੀ ਉੱਪਰ ਉੱਠਦਾ ਹੈ, ਪਰ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ ਫਿਰ ਥੱਲੇ। ਕੀਰਤਨ ਸੁਣ ਲਿਆ, ਕਥਾ ਸੁਣ ਲਈਏ, ਜਪ ਕੀਤਾ ਹੈ, ਇਸ ਦਬਾਓ ਨਾਲ ਥੋੜਾ ਜਿਹਾ ਧਿਆਨ ਮਨੁੱਖ ਦਾ ਉਰਧਗਮਨ ਹੋਇਆ ਹੈ, ਸੁਰਤ ਥੋੜੀ ਜਿਹਾ ਉੱਪਰ ਉੱਠੀ ਹੈ, ਲੇਕਿਨ ਧਰਤੀ ਦੀ ਖਿੱਚ ਦੀ ਮਾਰੀ ਫਿਰ ਥੱਲੇ। ਜ਼ਿੰਦਗੀ ਦੇ ਵਿੱਚ ਇਹ ਉਤਾਰ ਚੜਾ ਅਭਿਆਸੀ ਬੰਦੇ ਅਕਸਰ ਰੋਜ਼ ਵੇਖਦੇ ਨੇ, ਜਿਸ ਦਾ ਜ਼ਿਕਰ ਪਾਤਸ਼ਾਹ ਦੀ ਬਾਣੀ ਵੀ ਕਰਦੀ ਹੈ, ਕਬਹੂ ਜੀੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਲਹਿਤ ਹੈ ਚਾਰੇ ਕੁੰਟਾਂ ਭਾਲੇ। ਕਦੀ ਸੁਰਤ ਉੱਚੀ ਹੋ ਗਈ, ਕਦੀ ਨੀਵੀਂ ਹੋ ਗਈ, ਕਦੀ ਮਨੁੱਖ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਮੈਂ ਬਹੁਤ ਸਦਾਚਾਰੀ ਹਾਂ, ਤੇ ਕਦੀ ਗਿਲਾਨੀ ਨਾਲ ਭਰ ਜਾਂਦਾ ਹੈ।
ਉਹੀ ਮਨੁੱਖ ਕਿਸੇ ਵਕਤ ਦਾਨੀ ਸੁਭਾਅ ਦੇ ਚ ਹੈ, ਕਿਸੇ ਵਕਤ ਬੇਈਮਾਨ ਹੈ, ਕਿਸੇ ਵਕਤ ਹਲੇਮ ਤਬੀਅਤ ਦੇ ਚ ਹੈ, ਕਿਸੇ ਵਕਤ ਹੰਕਾਰੀ ਹੈ, ਕਿਸੇ ਵਕਤ ਸ਼ਾਂਤਮਈ ਹੈ ਤੇ ਕਿਸੇ ਵਕਤ ਬੜਾ ਹੀ ਬੇਚੈਨ ਹੈ, ਬਹੁਤ ਬੇਚੈਨ ਹੈ। ਇਹ ਉਤਾਰ ਚੜਾ ਹਰ ਮਨੁੱਖ ਦੀ ਜ਼ਿੰਦਗੀ ਚ ਹਰ ਰੋਜ਼ ਹੋ ਰਿਹਾ। ਚਾਰੋਂ ਪਾਸੇ ਤੋਂ ਕੁਛ ਪ੍ਰੇਰਨਾ ਮਿਲਦੀ ਹੈ, ਉੱਪਰ ਉੱਠ ਉੱਪਰ ਉੱਠ, ਲੇਕਿਨ ਧਰਤੀ ਆਪਣਾ ਸੁਭਾਅ ਕਿੱਥੇ ਛੋੜਦੀ ਹੈ, ਧਰਤੀ ਖਿੱਚਦੀ ਹੈ। ਤੋ ਮਨੁੱਖ ਦੀ ਸੁਰਤ ਜਦ ਥੱਲੇ ਆਏਗੀ, ਰੂਪ ਕਰਕੇ ਆਏਗੀ, ਰੰਗ ਕਰਕੇ ਆਏਗੀ, ਧਨ ਸੰਪਦਾ ਕਰਕੇ ਆਏਗੀ, ਇਹ ਸਭ ਧਰਤੀ ਦੇ ਅੰਗ ਨੇ, ਇਹ ਸਭ ਧਰਤੀ ਦੇ ਹਿੱਸੇ ਨੇ। ਲੇਕਿਨ ਧਰਤੀ ਦੀ ਕਸ਼ਿਸ਼ ਦਾ ਆਪਣਾ ਇੱਕ ਦਾਇਰਾ ਹੈ। 200 ਮੀਲ ਤੋਂ ਅੱਗੇ ਜੋ ਵਸਤੂ ਨਿਕਲ ਜਾਏ ਉਹ ਧਰਤੀ ਦੀ ਕਸ਼ਿਸ਼ ਦੇ ਦਾਇਰੇ ਤੋਂ ਅੱਗੇ ਚਲੀ ਜਾਂਦੀ ਹੈ, ਫਿਰ ਧਰਤੀ ਦੇ ਵਿੱਚ ਸਮਰਥਾ ਨਹੀਂ ਰਹਿ ਜਾਂਦੀ ਕਿ ਹੁਣ ਉਸ ਵਸਤੂ ਨੂੰ ਆਪਣੀ ਤਰਫ ਖਿੱਚ ਲਵੇ। ਜਪ ਕਰਦਿਆਂ, ਤਪ ਕਰਦਿਆਂ, ਸਾਧਨਾ ਕਰਦਿਆਂ ਜਦ ਕੋਈ ਮਨੁੱਖ ਆਪਣੀ ਸੁਰਤ ਇਤਨੀ ਬੁਲੰਦੀਆਂ ਤੇ ਲੈ ਜਾਂਦਾ ਹੈ, ਇਤਨੀ ਬੁਲੰਦੀਆਂ ਤੇ ਜਿੱਥੇ ਧਰਤੀ ਦੀ ਕਸ਼ਿਸ਼ ਦਾ ਦਾਇਰਾ ਹੀ ਖਤਮ ਹੋ ਜਾਂਦਾ ਹੈ, ਫਿਰ ਉਸ ਬੰਦੇ ਦੇ ਧਿਆਨ ਨੂੰ ਥੱਲੇ ਲਿਆਉਣਾ ਬਹੁਤ ਔਖਾ ਹੋ ਜਾਂਦਾ ਹੈ। ਔਰ ਅਸੀਂ ਦੇਖਦੇ ਹਾਂ ਦੁਨੀਆਂ ਦੇ ਲੋਕ ਥੱਕ ਗਏ ਕਿ ਸੁਰਤ ਨੂੰ ਥੱਲੇ ਲਿਆਈਏ ਇਸ ਮਹਾਂਪੁਰਸ਼ ਦੀ, ਲੇਕਿਨ ਸੁਰਤ ਥੱਲੇ ਨਹੀਂ ਲਿਆ ਸਕੇ। ਤੱਤੀ ਤਵੀ ਤੇ ਬਿਠਾ ਦਿੱਤਾ ਹੈ, ਸੁਰਤ ਉੱਪਰ ਚੜੀ ਰਹੀ। ਉਬਲਦੀ ਦੇਗ ਦੇ ਚ ਪੰਜਵੇਂ ਗੁਰੂ ਨਾਨਕ ਉਬਲ ਰਹੇ ਨੇ, ਸੁਰਤ ਬੁਲੰਦੀਆਂ ਨੂੰ ਛੂ ਰਹੀ ਹੈ, ਸੁਰਤ ਆਕਾਸ਼ ਨੂੰ ਚੁੰਮ ਰਹੀ ਹੈ, ਪ੍ਰਭੂ ਦੇ ਦਰ ਤੇ ਕਦਮ ਬੋਸੀ ਕਰ ਰਹੀ ਹੈ। ਗਰਮ ਗਰਮ ਰੇਤਾ ਸੀਸ ਵਿੱਚ ਪਾਇਆ ਜਾ ਰਿਹਾ ਹੈ, ਲੇਕਿਨ ਅੰਦਰ ਦੀ ਸ਼ਾਂਤੀ ਉਹ ਠੰਡ ਉਸੇ ਤਰੀਕੇ ਨਾਲ ਬਣੀ ਹੋਈ ਹੈ। ਦੇਖਣ ਦੇ ਚ ਆਇਆ ਹੈ ਦਿੱਲੀ ਦੇ ਚਾਂਦਨੀ ਚੌਂਕ ਦੇ ਚ ਆਰੇ ਨਾਲ ਦੋ ਟੁਕੜੇ ਹੋ ਗਏ ਭਾਈ ਮਤੀ ਦਾਸ ਦੇ, ਪਰ ਉਹਦੀ ਸੁਰਤ ਦੇ ਦੋ ਟੁਕੜੇ ਨਾ ਹੋ ਸਕੇ। ਉਹਦੀ ਸੁਰਤ ਉਸੇ ਤਰੀਕੇ ਨਾਲ ਯਕਸੂ ਹੈ, ਇੱਕ ਹੈ। ਤੋ ਜਿਸ ਦਿਨ ਸੁਰਤ ਉਸ ਦਾਇਰੇ ਨੂੰ ਛੂ ਲੈਂਦੀ ਏ, ਉਸ ਬੁਲੰਦੀ ਨੂੰ ਛੂ ਲੈਂਦੀ ਏ ਜਿੱਥੇ ਧਰਤੀ ਦੀ ਕਸ਼ਿਸ਼ ਖਤਮ ਹੈ, ਫਿਰ ਇਸ ਤਰ੍ਹਾਂ ਦੀ ਬੰਦੇ ਦੀ ਸੁਰਤ ਨੂੰ ਥੱਲੇ ਲਿਆਉਣਾ ਬਹੁਤ ਔਖਾ ਹੈ। ਔਰ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਹੀ ਕਹਿੰਦੇ ਨੇ ਪੂਰਨ ਪੁਰਖ, ਜਿਹਨੇ ਬੁਲੰਦੀਆਂ ਨੂੰ ਛੂ ਲਿਆ। ਐਸੀ ਬੁਲੰਦੀਆਂ ਨੂੰ ਹੁਣ ਜਿੱਥੇ ਤਨਜ਼ਲੀ ਨਹੀਂ ਹੈ, ਜਿੱਥੇ ਜ਼ਵਾਲ ਨਹੀਂ ਹੈ, ਜਿੱਥੇ ਪੱਤਣ ਨਹੀਂ ਹੈ, ਜਿੱਥੇ ਢਹਿੰਦੀ ਕਲਾ ਨਹੀਂ ਹੈ, ਉਸ ਦਰ ਤੱਕ ਪਹੁੰਚਣ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਦੇ ਬੜੇ ਸੁੰਦਰ ਢੰਗ ਨਾਲ ਬਖਾਨ ਪਏ ਕਰਦੇ ਨੇ। ਮੂਲ ਪੰਕਤੀ ਇਸ ਪੌੜੀ ਦੀ ਇਹ ਹੈ, ਏ ਤਰਾ ਪਤ ਪੌੜੀਆਂ ਚੜੀਏ ਹੋਏ ਇਕੀਸ, ਏ ਤਰਾ ਪਤ ਪੌੜੀਆਂ, ਇਹ ਮਾਰਗ ਹੈ। ਇਹ ਪੌੜੀਆਂ ਨੇ ਕਿੱਥੋਂ ਦੀਆਂ, ਪਤੀ ਦੇ ਦਰ ਦੀਆਂ, ਪਤੀ ਦੇ ਮਹਿਲ ਦੀਆਂ, ਪਰਮਾਤਮਾ ਦੇ ਮਹਿਲ ਦੀਆਂ। ਚੜੀਏ ਹੋਏ ਇੱਕ ਈਸ਼, ਕੋਈ ਚੜੇ ਤੋ ਇੱਕ ਈਸ਼ ਬਣ ਜਾਏ, ਇੱਕ ਈਸ਼ਵਰ ਬਣ ਜਾਏ, ਉਸ ਇੱਕ ਦੇ ਚਲੀਨ ਹੋ ਕੇ ਇੱਕ ਈਸ਼ਵਰ ਹੋ ਜਾਏ। ਪਰ ਹੁਣ ਇਹ ਚੜਨਾ ਕਿਸ ਤਰ੍ਹਾਂ, ਸੁਰਤ ਨੂੰ ਕਿਵੇਂ ਚਾੜੀਏ, ਇਹ ਤੇ ਸਾਨੂੰ ਪਤਾ ਹੈ ਕਿ ਪੌੜੀਆਂ ਤੇ ਚੜ ਕੇ ਕਿਵੇਂ ਸਰੀਰ ਨੂੰ ਚਾੜੀਦਾ। ਪਰ ਸੁਰਤ ਲਈ ਪੌੜੀ ਕਿਹੜੀ ਹੈ, ਧਿਆਨ ਲਈ ਪੌੜੀ ਕਿਹੜੀ ਹੈ, ਔਰ ਕਿਸ ਪੌੜੀ ਦੇ ਉੱਤੇ ਆਪਣੀ ਸੁਰਤ ਨੂੰ ਚਾੜਨਾ ਹੈ, ਆਪਣੇ ਧਿਆਨ ਨੂੰ ਬੁਲੰਦੀਆਂ ਤੱਕ ਲੈ ਜਾਣਾ ਹੈ। ਤੋ ਇਸ ਪਾਵਨ ਪਵਿੱਤਰ ਪੌੜੀ ਦੇ ਵਿੱਚ ਜਗਤ ਗੁਰੂ ਬਾਬਾ ਇਸ ਢੰਗ ਨਾਲ ਦੱਸਦੇ ਨੇ, ਇੱਕ ਦੂ ਜੀ ਭੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ। ਗਿਆਨ ਇੰਦਰੇ ਜਿਤਨੇ ਪਰਿਪੂਰਨ ਪਰਮਾਤਮਾ ਨੇ ਬਖਸ਼ੇ ਨੇ ਸਾਰੇ ਹੀ ਮਹਾਨ ਨੇ, ਪਰ ਅੱਖ ਤੇ ਕੰਨ ਤੇ ਰਸਨਾ ਇਹ ਸਿਰਮੌਰ ਨੇ। ਔਰ ਇਹ ਬਹੁਤ ਵੱਡੀ ਸੱਚਾਈ ਹੈ ਕਿ ਅੰਧਾ ਬੰਦਾ ਵਿਗਿਆਨਕ ਨਹੀਂ ਬਣ ਸਕਦਾ, ਪਰ ਗੁੰਗਾ ਤੇ ਬਹਿਰਾ ਬੰਦਾ ਸੰਤ ਵੀ ਨਹੀਂ ਹੋ ਸਕਦਾ, ਭਗਤ ਵੀ ਨਹੀਂ ਹੋ ਸਕਦਾ। ਕਿਉਂਕਿ ਜਿੱਥੇ ਵਿਗਿਆਨ ਦੀ ਸਾਰੀ ਖੋਜ, ਸਾਰੀ ਸਾਧਨਾ ਅੱਖ ਦੇ ਆਸਰੇ ਤੇ ਖੜੀ ਹੈ, ਉੱਥੇ ਧਰਮ ਦੀ ਸਾਰੀ ਸਾਧਨਾ ਜ਼ਬਾਨ ਤੇ ਖੜੀ ਹੈ। ਰਸਨਾ ਹੀ ਨਹੀਂ, ਬੋਲਣਾ ਹੀ ਨਹੀਂ, ਤਾਂ ਮੁਸ਼ਕਿਲ ਹੈ ਇਹ ਮਨੁੱਖ ਧਾਰਮਿਕ ਹੋ ਸਕੇ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਜਦ ਕਵੀ ਜਮਾਲ ਹੁਸੈਨ ਆਏ ਤੇ ਆਪਣਾ ਕਲਾਮ ਪੇਸ਼ ਕੀਤਾ, ਪਾਤਸ਼ਾਹ ਮੇਰਾ ਕਲਾਮ ਵੀ ਆਪ ਸੁਣੋ,
ਤੇ ਸਤਿਗੁਰ ਕਹਿਣ ਲੱਗੇ ਸੁਣਾ। ਉਹਨੇ ਆਪਣੀ ਪਹਿਲੀ ਪੰਕਤੀ ਸੁਣਾਈ, ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਤੂੰ ਇੱਥੇ ਹੀ ਚੁੱਪ ਕਰ ਰਹਿ, ਕਿਉਂ ਸਾਡਾ ਤੇ ਸੋਚਣ ਦਾ ਢੰਗ ਇਹ ਹੈ, ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਜਿਤਨੇ ਚਿਰ ਤੱਕ ਜਗਤ ਵਿੱਚ ਰਹਿਣਾ ਹੈ, ਜੀਵਣਾ ਹੈ, ਕੁਛ ਕਹਿਣਾ ਹੈ, ਕੁਛ ਸੁਣਨਾ ਹੈ। ਹਾਂ, ਕਹਿਣਾ ਇੱਕ ਹੈ, ਸੁਣਨਾ ਦੋ ਹੈ। ਅਸੀਂ ਤੇ ਇਸ ਸਿਧਾਂਤ ਦੇ ਪੁਜਾਰੀ ਹਾਂ। ਖਾਮੋਸ਼ ਚੁੱਪ ਕਰਕੇ ਬੈਠ ਜਾਣਾ ਤਾਂ ਪਰਮਾਤਮਾ ਫਿਰ ਗੁੰਗਾ ਹੀ ਬਣਾਉਂਦਾ। ਉਹਨੇ ਜ਼ਬਾਨ ਜਦ ਬੋਲਣ ਵਾਸਤੇ ਦਿੱਤੀ ਹੈ ਤਾਂ ਲਾਜ਼ਮੀ ਸਾਰਥਿਕ ਹੋਵੇਗੀ, ਕਿਸੇ ਕੰਮ ਆਉਂਦੀ ਹੋਵੇਗੀ। ਤੋ ਧਰਮ ਦੀ ਸਾਰੀ ਸਾਧਨਾ ਜ਼ਬਾਨ ਤੇ ਖੜੀ ਹੈ। ਸਤਿਗੁਰੂ ਦੱਸਦੇ ਨੇ ਇੱਕ ਦੂ ਜੀ ਭੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਇੱਕ ਜ਼ਬਾਨ ਨੂੰ ਦੋ ਕਰ ਲੈ। ਫਿਰ ਸਾਹਿਬ ਕਹਿੰਦੇ ਨੇ ਦੋ ਨਹੀਂ ਲੱਖ ਕਰ ਲੈ। ਫਿਰ ਕਹਿੰਦੇ ਨਹੀਂ ਵੀਹ ਲੱਖ ਕਰ ਲੈ, ਇੱਕ ਜ਼ਬਾਨ ਨੂੰ ਵੀਹ ਲੱਖ ਕਰ ਲੈ। ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ, ਫਿਰ ਇੱਕ ਇੱਕ ਜ਼ਬਾਨ ਦੇ ਨਾਲ ਲੱਖਾਂ ਲੱਖਾਂ ਵਾਰੀ ਉਸ ਜਗਦੀਸ਼ ਦੇ ਨਾਮ ਦਾ ਉਚਾਰਨ ਕਰੀ ਜਾ। ਭਾਵ ਅਣਗਿਣਤ ਦਫਾ, ਗਿਣਤੀ ਮਿਣਤੀ ਦੇ ਚੱਕਰ ਦੇ ਚ ਨਾ ਪਵੇਂ। ਹੁਣ ਇੱਕ ਜ਼ਬਾਨ ਜੇ ਲੱਖਾਂ ਜ਼ਬਾਨ ਹੋ ਜਾਣ ਤੇ ਇੱਕ ਇੱਕ ਜ਼ਬਾਨ ਲੱਖਾਂ ਲੱਖਾਂ ਵਾਰੀ ਉਸ ਜਗਦੀਸ਼ ਦਾ ਨਾਮ ਉਚਾਰਨ ਕਰੇ ਤੋ ਗਿਣਤੀ ਮਿਣਤੀ ਤੋਂ ਪਰੇ ਦੀ ਗੱਲ ਹੋ ਗਈ। ਸਾਹਿਬ ਕਹਿੰਦੇ ਨੇ ਇਸੇ ਤਰੀਕੇ ਨਾਲ ਜਪ ਕਰੀ ਜਾ, ਜ਼ਬਾਨ ਨੂੰ ਇਸੇ ਤਰੀਕੇ ਨਾਲ ਚਲਾਈ ਜਾ। ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ, ਇਹ ਤਰਾ ਪਤ ਪੌੜੀਆਂ ਪਰਮਾਤਮਾ ਦੇ ਦਰ ਦੀਆਂ ਬਸ ਇਹੀ ਪੌੜੀਆਂ, ਇਹੀ ਮਾਰਗ ਹੈ, ਹੋਰ ਕੋਈ ਨਹੀਂ। ਜਪੀ ਜਾ ਰਸਨਾ ਨਾਲ, ਵਾਹਿਗੁਰੂ ਵਾਹਿਗੁਰੂ ਦੀ ਇੰਜ ਧੁਨ ਅਲਾਪ ਕਰੀ ਜਾ। ਭਗਤ ਕਬੀਰ ਕਹਿੰਦੇ ਨੇ ਕੈਸੋ ਕੈਸੋ ਕੂਕੀਏ, ਨਾ ਸੋਈਏ ਆਸਾਰ, ਰਾਤ ਦਿਨਸ ਕੇ ਕੂਕਨੇ ਕਭੇ ਕੇ ਸੁਣੇ ਪੁਕਾਰ। ਦਿਨ ਰਾਤ ਮੈਂ ਤੇ ਕੂਕ ਰਿਹਾ, ਬੋਲ ਰਿਹਾ, ਬੋਲੀ ਜਾ ਰਿਹਾ, ਕੈਸੋ ਕੈਸੋ ਦੀ ਧੁਨ ਰਟੀ ਜਾ ਰਿਹਾ। ਕਿਸੇ ਦਿਨ ਤੇ ਗੱਲ ਬਣ ਜਾਏਗੀ। ਜਿਸ ਦਿਨ ਵਾਹਿਗੁਰੂ ਵਾਹਿਗੁਰੂ ਆਖਦਿਆਂ ਸਵਾਦ ਆਉਣ ਲੱਗ ਪਏ, ਰਸ ਆਉਣ ਲੱਗ ਪਏ, ਸਮਝ ਲਓ ਪੁਕਾਰ ਪਹੁੰਚ ਗਈ, ਸਮਝ ਲਓ ਸੁਰਤ ਆਕਾਸ਼ ਮੰਡਲ ਤੱਕ ਪਹੁੰਚ ਗਈ, ਪ੍ਰਭੂ ਦੇ ਦਰ ਤੱਕ ਪਹੁੰਚ ਗਈ। ਤੋ ਪਰਮਾਤਮਾ ਦੇ ਦਰ ਤੱਕ ਪਹੁੰਚਣ ਦਾ ਇਹ ਵਸੀਲਾ ਹੈ ਤੇ ਵਸਾਇਲ ਪਰਿਪੂਰਨ ਪਰਮਾਤਮਾ ਨੇ ਹਰ ਇੱਕ ਨੂੰ ਬਖਸ਼ਿਸ਼ ਕਰ ਦਿੱਤੇ ਨੇ। ਇਹ ਠੀਕ ਹੈ ਕਿ ਇਸ ਵਸਾਇਲ ਦਾ ਕੋਈ ਮਨੁੱਖ ਠੀਕ ਉਪਯੋਗ ਕਰੇ ਜਾਂ ਨਾ ਕਰੇ, ਲੇਕਿਨ ਵਸਾਇਲ ਪਰਮਾਤਮਾ ਦੇ ਦਰ ਤੱਕ ਪਹੁੰਚਣ ਦੇ ਪਰਿਪੂਰਨ ਪਰਮਾਤਮਾ ਨੇ ਹਰ ਇੱਕ ਦੀ ਜੋ ਹੈ ਝੋਲੀ ਵਿੱਚ ਪਾ ਦਿੱਤੇ ਨੇ। ਇਸ ਜ਼ਬਾਨ ਨਾਲ ਜਪ ਕਰਦੇ ਹਾਂ, ਸਤ ਬੋਲਦੇ ਹਾਂ, ਮਨੁੱਖ ਦੀ ਸੁਰਤ ਸਤ ਮੰਡਲ ਵਿੱਚ ਪਹੁੰਚ ਜਾਂਦੀ ਹੈ, ਪਰ ਇਸ ਰਸਨਾ ਨਾਲ ਮਿੱਥਿਆ ਬੋਲਦੇ ਹਾਂ, ਗਲਤ ਬਿਆਨੀ ਕਰਦੇ ਹਾਂ, ਮਨੁੱਖ ਰਸਾਤਲ ਦੇ ਚਲਾ ਜਾਂਦਾ ਹੈ। ਇਹ ਜ਼ਬਾਨ ਨਰਕ ਦੇ ਚ ਵੀ ਲੈ ਜਾਂਦੀ ਹੈ, ਇਹ ਜ਼ਬਾਨ ਸਵਰਗ ਦੇ ਚ ਲੈ ਜਾਂਦੀ ਹੈ, ਇਹ ਜ਼ਬਾਨ ਦੋਸਤੀ ਵੀ ਬਣਾਉਂਦੀ ਹੈ, ਇਹ ਜ਼ਬਾਨ ਦੁਸ਼ਮਣ ਵੀ ਬਣਾ ਦਿੰਦੀ ਹੈ। ਇੱਕ ਐਸਾ ਬਚਨ ਅਗਲੇ ਨੇ ਸੁਣਿਆ, ਠੰਡ ਪੈ ਗਈ, ਜ਼ਬਾਨ ਨੇ ਸ਼ਾਂਤ ਕੀਤਾ, ਪਰ ਇੱਕ ਐਸਾ ਬਚਨ ਬੋਲਿਆ ਗਿਆ, ਅਗਲੇ ਦੇ ਤਿੰਨੀ ਕਪੜੀ ਅੱਗ ਲੱਗ ਗਈ, ਬੇਚੈਨ ਹੋ ਗਿਆ। ਅਗਲਾ ਸਾਰੀ ਰਾਤ ਤੜਪਦਾ ਵੀ ਰਿਹਾ, ਇਤਨਾ ਕੌੜਾ ਬੋਲ ਬੋਲ ਕੀ ਮਾਨੋ ਐਸਾ ਅੰਗਾਰਾ। ਇਹ ਰਸਨਾ ਦਾ ਗਲਤ ਇਸਤੇਮਾਲ, ਇਸ ਦਾ ਗਲਤ ਉਪਯੋਗ ਹੈ। ਇਸ ਵਾਸਤੇ ਜ਼ਬਾਨ ਸਵਰਗ ਹੈ, ਅੰਮ੍ਰਿਤ ਹੈ, ਅਗਰ ਅੰਮ੍ਰਿਤਮਈ ਨਾਮ ਰਸਨਾ ਤੇ ਹੈ, ਜ਼ਬਾਨ ਨਰਕ ਬਣ ਜਾਂਦੀ ਹੈ, ਕਲੇਸ਼ ਦਾ ਅਖਾੜਾ ਬਣ ਜਾਂਦੀ ਹੈ, ਅਗਰ ਮਿੱਥਿਆ ਵਾਕ ਤੇ ਕਲੇਸ਼ ਭਰੇ ਵਾਕ ਰਸਨਾ ਦੇ ਉੱਪਰ ਹੋਵਣ। ਇੱਥੇ ਆ ਕੇ ਇੱਕ ਆਲਮ ਦਾ ਕਹਿਣਾ ਹੈ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਜੀਣ ਦਾ ਢੰਗ ਹੋਵੇ ਜ਼ਿੰਦਗੀ ਅੰਮ੍ਰਿਤ ਹੈ, ਔਰ ਜੀਣ ਦਾ ਢੰਗ ਨਹੀਂ ਤੋ ਜ਼ਿੰਦਗੀ ਜ਼ਹਿਰ ਬਣ ਜਾਂਦੀ ਹੈ। ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਦਰ ਤੱਕ ਇਹ ਪੌੜੀਆਂ ਨੇ, ਇਹ ਤਰਾ ਪਤ ਪੌੜੀਆਂ,
ਚੜੀਏ ਹੋਏ ਇਕੀਸ ਅੱਜ ਤੱਕ ਜਿਸ ਦੀ ਵੀ ਸਮਾਧੀ ਲੱਗੀ ਹੈ। ਜੋ ਵੀ ਉਸ ਅਨਾਹਤ ਦੇ ਦੇਸ਼ ਵਿੱਚ ਪਹੁੰਚਿਆ, ਜਿਸਨੇ ਵੀ ਉਸ ਪਰਮ ਪ੍ਰਕਾਸ਼ ਦਾ ਆਨੰਦ ਮਾਣਿਆ, ਜ਼ਬਾਨ ਨਾਲ ਜਪ ਜਪ ਕੇ ਹੀ ਉੱਥੇ ਤੱਕ ਪਹੁੰਚਿਆ, ਰਸਨਾ ਨਾਲ ਉਸ ਪ੍ਰਭੂ ਦਾ ਨਾਮ ਰਟ ਰਟ ਕੇ ਹੀ ਉਸਨੇ ਆਪਣੀ ਸੁਰਤ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਾਹਿਬ ਕਹਿੰਦੇ ਨੇ, ਸੁਣ ਗਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਆਕਾਸ਼ ਤੱਕ ਜੋ ਪਹੁੰਚ ਗਏ ਨੇ, ਜਿਨ੍ਹਾਂ ਦੀ ਸੁਰਤ ਉੱਚੀ ਉੱਠ ਗਈ ਹੈ, ਉਹਨਾਂ ਨੂੰ ਵੇਖ ਕੇ ਕੀੜਿਆਂ ਨੂੰ ਵੀ ਰੀਸ ਆ ਜਾਂਦੀ ਹੈ ਵੀ ਆਪਾਂ ਵੀ ਉੱਡੀਏ, ਅਸੀਂ ਵੀ ਆਕਾਸ਼ ਤੱਕ ਪਹੁੰਚੀਏ। ਭਾਵ ਜਦ ਕਿਸੇ ਦੀ ਸਮਾਧੀ ਲੱਗ ਜਾਂਦੀ ਹੈ, ਕਿਸੇ ਨੂੰ ਪਰਮ ਆਨੰਦ ਉਪਲਬਧ ਹੋ ਜਾਂਦਾ ਹੈ, ਪਰਮ ਸ਼ਾਂਤ ਹੋ ਜਾਂਦਾ ਹੈ, ਤਾਂ ਪਖੰਡੀਆਂ ਨੂੰ ਵੀ ਰੀਸ ਜਾਗਦੀ ਹੈ। ਪਖੰਡੀਆਂ ਤੋਂ ਮੁਰਾਦ ਉਹ ਜਪ ਤਪ ਕੁਛ ਨਹੀਂ ਕਰਨਾ, ਵਾਸ਼ਨਾ ਨਾਲ ਭਰੇ ਹੋਏ ਨੇ। ਰੀਸੋ ਰੀਸ ਉਹੀ ਕੁਛ ਕਰਨਾ ਜੋ ਕੁਛ ਉਸ ਸਾਧਕ ਨੇ ਕੀਤਾ ਹੈ। ਸਾਧਕ ਨੇ ਕੀਤਾ ਹੈ, ਪੂਰਨ ਸ਼ਰਧਾ ਨਾਲ ਕੀਤਾ ਹੈ। ਇਹ ਜੋ ਕਰ ਰਿਹਾ ਹੈ, ਕੇਵਲ ਨਕਲ ਕਰ ਰਿਹਾ ਹੈ, ਸਿਰਫ ਰੀਸ ਕਰ ਰਿਹਾ ਹੈ। ਤੋ ਜਗਤ ਵਿੱਚ ਇਸ ਤਰ੍ਹਾਂ ਦੀ ਰੀਸ ਸਿਰਫ ਸਮਾਜਿਕ ਜ਼ਿੰਦਗੀ ਚ ਹੀ ਨਹੀਂ, ਰਾਜਨੀਤਿਕ ਜ਼ਿੰਦਗੀ ਚ ਹੀ ਨਹੀਂ, ਬਲਕਿ ਧਾਰਮਿਕ ਦੁਨੀਆਂ ਵਿੱਚ ਵੀ ਰੀਸ ਚੱਲਦੀ ਹੈ। ਇੱਕ ਸੰਤ ਨੂੰ, ਇੱਕ ਪਰਮ ਗੁਰੂ ਨੂੰ, ਇੱਕ ਪਰਮ ਭਗਤ ਨੂੰ ਵੇਖ ਕੇ ਅਕਸਰ ਕੀੜਿਆਂ ਨੂੰ ਵੀ ਰੀਸ ਆ ਜਾਂਦੀ ਹੈ ਵੀ ਅਸੀਂ ਵੀ ਭਗਤ ਬਣੀਏ, ਅਸੀਂ ਵੀ ਸੰਤ ਬਣੀਏ। ਲੇਕਿਨ ਰੀਸ ਕਰਨ ਦੇ ਨਾਲ ਤੇ ਕੋਈ ਸੰਤ ਨਹੀਂ ਆਉਂਦਾ, ਜਪ ਕਰਨ ਨਾਲ ਕੋਈ ਸੰਤ ਹੁੰਦਾ, ਸਾਧਨਾ ਕਰਨ ਦੇ ਨਾਲ ਕੋਈ ਭਗਤ ਬਣਦਾ, ਸਾਧਨਾ ਕਰ ਕਰਕੇ ਹੀ ਕੋਈ ਪ੍ਰਭੂ ਦੇ ਦਰ ਤੇ ਪਹੁੰਚ ਸਕਦਾ। ਤੋ ਸਾਹਿਬ ਕਹਿੰਦੇ ਨੇ, ਸੁਣ ਗਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਆਕਾਸ਼ ਤੱਕ ਪਹੁੰਚਿਆ ਹੋਇਆਂ ਨੂੰ ਵੇਖ ਕੇ ਕੀੜਿਆਂ ਨੂੰ ਵੀ ਰੀਸ ਆ ਗਈ, ਔਰ ਉਹਨਾਂ ਨੇ ਵੀ ਆਪਣੇ ਨਾਮ ਦੇ ਨਾਲ ਲਕਬ ਸੰਤ ਜੋੜ ਲਿਆ, ਭਗਤ ਜੋੜ ਲਿਆ, ਬ੍ਰਹਮ ਗਿਆਨੀ ਆਪਣੇ ਨਾਮ ਦੇ ਨਾਲ ਸ਼ਬਦ ਜੋੜ ਦਿੱਤਾ। ਇਸ ਦੇਸ਼ ਵਿੱਚ ਕਰੀਬਨ ਲੱਖਾਂ ਦੀ ਤਾਦਾਦ ਵਿੱਚ ਸੰਤ ਨੇ, ਪਰ ਸੰਤ ਤੇ ਇੱਕ ਵੀ ਹੋਵੇ ਸਾਰੇ ਸ਼ਹਿਰ ਦੀ ਫਿਜ਼ਾ ਪਵਿੱਤਰ ਕਰਕੇ ਰੱਖ ਦਿੰਦਾ, ਸਾਰੀ ਕੌਮ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ। ਕਹਿੰਦੇ ਨੇ, ਗਾਥਾ ਹੈ ਭਗਤ ਮਾਲ ਦੀ, ਇੱਕ ਰੋਗੀ ਭਗਤ ਕਬੀਰ ਕੋਲ ਆਇਆ। ਉਸ ਵਕਤ ਕਬੀਰ ਦੀ ਪਤਨੀ ਘਰ ਵਿੱਚ ਸੀ, ਕਬੀਰ ਜੀ ਨਹੀਂ ਸਨ। ਰੋਗੀ ਨੇ ਫਰਿਆਦ ਕੀਤੀ, ਭਗਤ ਜੀ ਮੈਨੂੰ ਕਿਸੇ ਤਰੀਕੇ ਨਾਲ ਨਵਾਂ ਨਰੋਆ ਕਰੋ, ਮੈਂ ਰੋਗ ਤੋਂ ਪੀੜਤ ਹਾਂ। ਕਬੀਰ ਦੀ ਪਤਨੀ ਨੇ ਇਹ ਸਦਾ ਸੁਣੀ ਤੇ ਰੋਗੀ ਦੇ ਕੋਲ ਆਈ, ਆਖਣ ਲੱਗੀ ਰਾਮ ਕਹਿ। ਤਿੰਨ ਦਫਾ ਰਾਮ ਅਖਵਾਇਆ, ਰੋਗੀ ਦਾ ਰੋਗ ਜਾਂਦਾ ਰਿਹਾ। ਆਖਿਆ, ਜਾ ਹੁਣ ਤੂੰ ਆਪਣੇ ਘਰ ਨੂੰ। ਰਸਤੇ ਵਿੱਚ ਉਹ ਧਨ ਕਬੀਰ, ਧਨ ਕਬੀਰ ਕਰਦਾ ਆਪਣੇ ਘਰ ਨੂੰ ਜਾ ਰਿਹਾ। ਕਬੀਰ ਰਸਤੇ ਚ ਮਿਲ ਗਏ, ਆਖਣ ਲੱਗੇ, ਪੁਰਖਾ ਐਸੀ ਕਿਹੜੀ ਸੌਗਾਤ ਤੇਰੀ ਝੋਲੀ ਚ ਪੈ ਗਈ ਹੈ, ਤੂੰ ਧਨ ਕਬੀਰ ਕਰਦਾ ਜਾ ਰਿਹਾ। ਆਖਣ ਲੱਗਾ, ਤਿੰਨ ਦਫਾ ਭਗਤ ਜੀ ਦੀ ਪਤਨੀ ਨੇ ਮੈਥੋਂ ਰਾਮ ਅਖਵਾਇਆ, ਮੇਰੇ ਸਾਰੇ ਰੋਗ ਜਾਂਦੇ ਰਹੇ। ਕਬੀਰ ਜੀ ਜਦ ਘਰ ਪਹੁੰਚੇ ਤਾਂ ਆਪਣੀ ਪਤਨੀ ਦੇ ਉੱਤੇ ਨਾਰਾਜ਼ਗੀ ਦੀ ਨਿਗਾਹ, ਇਸ ਤਰ੍ਹਾਂ ਦੀ ਨਿਗਾਹ ਮਾਰੀ ਜੈਸੇ ਕਿ ਆਪ ਨਾਰਾਜ਼ ਨੇ, ਸੰਤੁਸ਼ਟ ਨਹੀਂ ਨੇ। ਪੁੱਛਦੀ ਹੈ, ਲੋਈ ਕਾਰਨ ਕੀ ਹੈ? ਉਸ ਵਕਤ ਕਬੀਰ ਕਹਿੰਦੇ ਨੇ ਕਿ ਇੱਕ ਦਫਾ ਰਾਮ ਆਖਣ ਨਾਲ ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ, ਸਾਰੀ ਕੌਮ ਪਵਿੱਤਰ ਹੋ ਜਾਂਦੀ ਹੈ, ਤੇ ਤੂੰ ਤਿੰਨ ਦਫਾ ਰਾਮ ਅਖਵਾ ਕੇ ਰੋਗੀ ਦਾ ਰੋਗ ਦੂਰ ਕੀਤਾ ਹੈ, ਇਹ ਰਾਮ ਨਾਮ ਦੀ ਤੋਹੀਨ ਹੈ, ਰਾਮ ਨਾਮ ਤੇ ਮਹਾਨ ਹੈ। ਬੜਾ ਸੁੰਦਰ ਕਬੀਰ ਜੀ ਦਾ ਸਲੋਕ ਹੈ, ਕਬੀਰ ਸੋ ਮੁਖ ਧਨ ਹੈ, ਜੈ ਮੁਖ ਕਹੀਏ ਰਾਮ, ਦੇਹੀ ਕਿਸਕੀ ਬਾਪੁਰੀ, ਪਵਿੱਤਰ ਹੋਏ ਗੋ ਗ੍ਰਾਮ। ਇਸ ਦੇਹੀ ਦਾ ਤੇ ਕਹਿਣਾ ਕਿ ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ, ਸਾਰਾ ਨਗਰ ਪਵਿੱਤਰ ਹੋ ਜਾਂਦਾ ਹੈ, ਯਕਸੂਈ ਨਾਲ ਟਿਕੇ ਹੋਏ ਮਨ ਨਾਲ ਜਦ ਇੱਕ ਦਫਾ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ, ਆਲੇ ਦੁਆਲੇ ਦੀ ਤਮਾਮ ਫਿਜ਼ਾ ਪਵਿੱਤਰ ਹੋ ਜਾਂਦੀ ਹੈ, ਮੁਅੱਤਰ ਹੋ ਜਾਂਦੀ ਹੈ। ਤੋ ਇਸ ਤਰ੍ਹਾਂ ਦੇ ਰਸਕ ਬੰਦਿਆਂ ਨੂੰ ਦੇਖ ਕੇ ਕਈ ਦਫਾ ਪਖੰਡੀਆਂ ਨੂੰ ਵੀ ਰੀਸ ਆਉਂਦੀ ਹੈ, ਉਹ ਵੀ ਆਪਣੇ ਨਾਮ ਦੇ ਨਾਲ ਸੰਤ ਸ਼ਬਦ, ਬ੍ਰਹਮ ਗਿਆਨੀ ਸ਼ਬਦ ਜੋੜ ਲੈਂਦੇ ਨੇ। ਪਰ ਸਾਹਿਬ ਕਹਿੰਦੇ ਨੇ, ਨਾਨਕ ਨਦਰੀ ਪਾਈਏ ਕੂੜੀ ਕੂੜੈ ਠੀਸ। ਇਹ ਸੌਗਾਤ ਤੇ ਪਰਮਾਤਮਾ ਦੀ ਨਿਗਾਹ ਨਾਲ, ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ, ਨਕਲ ਕਰਨ ਦੇ ਨਾਲ ਨਹੀਂ।
ਕੋਈ ਆਪਣੇ ਨਾਮ ਦੇ ਨਾਲ ਲਕਬ ਜੋੜ ਲਵੇ ਪਰਮ ਪੁਰਖ ਸੰਤ ਬ੍ਰਹਮ ਗਿਆਨੀ, ਤੇ ਇਹਦੇ ਨਾਲ ਕੋਈ ਬ੍ਰਹਮ ਗਿਆਨੀ ਨਹੀਂ ਹੋ ਜਾਂਦਾ। ਇਹ ਤੇ ਕੋਈ ਜਪ ਕਰਦਾ ਹੈ, ਤਪ ਕਰਦਾ ਹੈ, ਤੇ ਫਿਰ ਉਸਦੀ ਨਜ਼ਰ ਦਾ ਪਾਤਰ ਬਣਦਾ ਹੈ, ਉਹਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ, ਫਿਰ ਜਾ ਕੇ ਕਿਧਰੇ ਇਹ ਸੌਗਾਤ ਉਸਦੀ ਝੋਲੀ ਵਿੱਚ ਪੈਂਦੀ ਹੈ। ਤੇ ਸਾਹਿਬ ਕਹਿੰਦੇ ਨਾਨਕ ਨਦਰੀ ਪਾਈਏ, ਇਹ ਦਰ ਇਹ ਪਰਮ ਸੌਗਾਤ ਤੇ ਉਸਦੀ ਨਦਰ ਨਾਲ ਪ੍ਰਾਪਤ ਹੁੰਦੀ ਹੈ, ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਕੂੜੀ ਕੂੜ ਹੈ ਠੀਸ, ਪਖੰਡੀ ਝੂਠੇ ਦੀ ਇਹ ਝੂਠੀ ਠੀਸ ਹੈ। ਭਾਵ ਉਹ ਜੋ ਲਲਕਾਰ ਲਲਕਾਰ ਕੇ ਕਹਿ ਰਿਹਾ ਮੈਂ ਸੰਤ ਹਾਂ, ਮੈਂ ਪਰਮ ਗਿਆਨੀ ਹਾਂ, ਮੈਂ ਇਹ ਕਰ ਸਕਦਾ, ਮੈਂ ਉਹ ਕਰ ਸਕਦਾ, ਤੇ ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਦਾ ਉਹ ਦਾਅਵਾ ਕਰੇ, ਸਾਹਿਬ ਕਹਿੰਦੇ ਨੇ ਇਹ ਝੂਠੀਆਂ ਕੂੜੇ ਦੀਆਂ ਠੀਸਾਂ ਨੇ। ਇਸ ਤਰ੍ਹਾਂ ਦਾ ਇੱਕ ਵਾਕਿਆ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਆਇਆ ਜਗਨਨਾਥਪੁਰੀ ਦੇ ਵਿੱਚ। ਇੱਕ ਸਾਧੂ ਨੇ ਆਪਣੇ ਆਲੇ ਦੁਆਲੇ ਬੜੀ ਭਾਰੀ ਭੀੜ ਇਕੱਠੀ ਕੀਤੀ ਹੋਈ ਸੀ, ਔਰ ਉਹ ਨੱਕ ਨੂੰ ਪਕੜ ਕੇ ਦੋ ਉਂਗਲਾਂ ਨਾਲ ਅੱਖਾਂ ਮੀਟ ਕੇ ਤਿੰਨ ਲੋਕਾਂ ਦੀ ਗੱਲ ਦੱਸ ਰਿਹਾ ਸੀ। ਕਦੀ ਵਿਸ਼ਨੂੰ ਲੋਕ ਦੀ ਚਰਚਾ ਕਰੇ, ਕਦੀ ਬ੍ਰਹਮ ਲੋਕ ਦੀ, ਤੇ ਕਦੀ ਰੁਦਰ ਲੋਕ ਦੀ। ਲੋਕੀ ਉਸਦੇ ਪਾਤਰ ਦੇ ਜੋ ਉਸਦੇ ਅੱਗੇ ਪਿਆ ਸੀ ਪੈਸੇ ਪਾਈ ਜਾਣ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਪਾਤਰ ਚੁੱਕ ਕੇ ਯੋਗੀ ਦੇ ਪਿੱਛੇ ਰੱਖ ਦਿੱਤਾ। ਯੋਗੀ ਇਸੇ ਤਰੀਕੇ ਨਾਲ ਬ੍ਰਹਮ ਲੋਕ, ਵਿਸ਼ਨ ਲੋਕ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੀ ਗੱਲਾਂ ਕਰਦਾ ਰਿਹਾ, ਚਰਚਾ ਕਰਦਾ ਰਿਹਾ। ਆਖਿਰ ਉਸਨੇ ਆਪਣੀ ਅੱਖ ਖੋਲੀ, ਦੇਖ ਕੇ ਦੰਗ ਰਹਿ ਗਿਆ, ਪਾਤਰ ਨਹੀਂ ਹੈ ਉਹ ਭਿਕਸ਼ਾ ਪਾਤਰ ਜਿਹਦੇ ਚ ਲੋਕੀ ਧਨ ਪਾ ਰਹੇ ਸਨ। ਅੱਗੋਂ ਨਦਾਰਤ ਵੇਖ ਕੇ ਹੈਰਾਨ ਹੋ ਗਿਆ ਤੇ ਕਹਿੰਦਾ ਉਹ ਮੇਰਾ ਖੱਪਰ ਕਿੱਥੇ ਹੈ? ਚਲਾ ਕੇ ਉਸਨੇ ਆਖਿਆ, ਮੇਰਾ ਖੱਪਰ ਕਿਸਨੇ ਚੁੱਕਿਆ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਖੜੇ ਹੋਏ ਤੇ ਮੁਸਕੁਰਾ ਕੇ ਬੋਲੇ, ਆਂਟ ਸੇਤੀ ਨਾਕ ਪਕੜੇ ਸੂਜ ਤੇ ਤਹਿ ਲੋ, ਮਗਰ ਪਾਛੇ ਕਛ ਨਾ ਸੂਜੇ ਇਹ ਪਦਮ ਅਲੋ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਆਪ ਕਹਿੰਦੇ ਐ ਸਾਧੂ, ਐ ਜੋਗੀ, ਤੂੰ ਦੋ ਉਂਗਲਾਂ ਨਾਲ ਨੱਕ ਨੂੰ ਪਕੜ ਲੈਂਦਾ, ਅੱਖਾਂ ਮੂੰਦ ਕੇ ਤਿੰਨ ਲੋਕਾਂ ਲਈ ਗੱਲ ਕਰਦਾ ਹੈ, ਪਰ ਤੈਨੂੰ ਆਪਣੇ ਪਿੱਛੇ ਪਿਆ ਹੋਇਆ ਖੱਪਰ ਨਹੀਂ ਦਿਖਾਈ ਦਿੰਦਾ, ਪਿੱਛੇ ਪਿਆ ਹੋਇਆ ਖੱਪਰ ਤੈਨੂੰ ਨਹੀਂ ਦਿਖਾਈ ਦਿੰਦਾ, ਤੇ ਤਿੰਨ ਲੋਕਾਂ ਦੀ ਤੂੰ ਗੱਲ ਕਰ ਰਿਹਾ, ਇਹ ਤੇਰੀਆਂ ਝੂਠੀਆਂ ਠੀਸਾਂ ਨੇ। ਨਾਨਕ ਨਦਰੀ ਪਾਈਏ, ਕੂੜੀ ਕੂੜ ਹੈ ਠੀਸ ਹੈ। ਇਹ ਧਰਮ ਦੀ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਠੱਗ ਅਕਸਰ ਮੌਜੂਦ ਆਉਂਦੇ ਨੇ ਜੋ ਰਿਧੀਆਂ ਸਿੱਧੀਆਂ ਦਾ ਦਾਅਵਾ ਕਰਦੇ ਨੇ, ਤੇ ਸਾਨੂੰ ਇਸ ਚੀਜ਼ ਦੀ ਪ੍ਰਾਪਤੀ ਹੋ ਗਈ ਹੈ, ਉਸ ਚੀਜ਼ ਦੀ ਪ੍ਰਾਪਤੀ ਹੋ ਗਈ ਹੈ। ਸਾਹਿਬ ਕਹਿੰਦੇ ਨੇ ਇਹ ਝੂਠੇ ਦੀਆਂ ਝੂਠੀਆਂ ਠੀਸਾਂ ਨੇ, ਇਹ ਤੇ ਉਸਦੀ ਬਖਸ਼ਿਸ਼ ਨਾਲ ਉਹਦੀ ਰਹਿਮਤ ਨਾਲ ਸੌਗਾਤ ਪ੍ਰਾਪਤ ਕਰੀ ਦੀ ਹੈ। ਨਾਨਕ ਨਦਰੀ ਪਾਈਏ, ਕੂੜੀ ਕੂੜ ਹੈ ਠੀਸ। ਉਹਦੇ ਦਰ ਦੀਆਂ ਪੌੜੀਆਂ ਇਹ ਨੇ ਕਿ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਮਨੁੱਖ ਉਤਨੇ ਚਿਰ ਤੱਕ ਜਪਦਾ ਰਹਿ ਜਿਤਨੇ ਚਿਰ ਤੱਕ ਨਦਰ ਦਾ ਪਾਤਰ ਬਣ ਨਹੀਂ ਜਾਂਦਾ, ਬਖਸ਼ਿਸ਼ ਦਾ ਪਾਤਰ ਬਣ ਨਹੀਂ ਜਾਂਦਾ।